साडा पंजाबी विरसा चैनल नाल जुड़े सारे दर्शकों नूं अदाब नमस्कार सत श्री अकाल दोस्तों दोस्तों पंजाब पंजाबीयत अते पंजाबी विरसे नूं आउण वालियां पंजाबियां दियां नवियां पीढ़ियां लई जिउंदा रखण लई इन्हां वीडियो राहीं इस चैनल दा एक छोटा जिहा उपराला है। इस चैनल दी किसी भी वीडियो उत्ते किसी भी गायक गीतकार संगीतकार निर्देशक संगीतक कंपनी ज किसी व्यक्ति नू कोई भी शिकायत सुझा किसी भी तरह की कोई असहमियत हो हेठ लिखे पते ते संपर्क कर सकता है। इस दे नाल गल करदे आ जिवें कि पिछली वीडियो च असी गल कीती सी चमकीले दे बनाए रिकॉर्ड जो कदे नहीं टुटने ते अज गल करदे आ जिवें असी टाइटल दिता है चमकीले दे गीत बनाउण दा तरीका की सी। अमर सिंह चमकीला भी दूसरे गीतकारां वांग अपने आले दुआले अते जन जीवन विचों घटनावां नूं आधार बना के गीत लिखदा हुंदा सी, पर इह जानना बेहद जरूरी है कि किवें इक लाइन नूं दूजी लाइन नाल जोड़ना हुंदा सी चमकीले दा। शहीद किताब दे मुताबिक जो बलराज सिंह सिद्धू द्वारा लिखी गई है पन्ना नंबर 52 तो पढ़ के सुना रहे हैं दोस्तों। अमरजोत नाल व्याह तो दूजे दिन चमकीला फगवाड़े केसर टिक्की दे कर हस खेड रहा सी। अमरजोत नाल व्याह तो दूजे दिन चमकीला फगवाड़े केसर टिक्की दे कर हस खेड रहा सी। आंढ गुआंढ व्याह होए दा तां पता लग गया सी पर किसी नूं इह नहीं सी पिणक पई कि इह व्याह अमरजोत ते चमकीले दा होया सी। किसी तरह खुसरियां तक गल चली गई सी, ਉਹ ਟਾਂਗਾ ਭਰ ਕੇ ਉੱਥੇ ਆ ਗਏ ਸਨ। ਖੁਸਰਿਆਂ ਨੇ ਨੱਚਣਾ ਅਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਟਿੱਕੀ ਦੀ ਮਾਤਾ ਨਸੀਬ ਕੌਰ ਨੇ ਖੁਸਰਿਆਂ ਨੂੰ ਕਣਕ ਦੀ ਪਰਾਤ, ਗੁੜ ਦੀ ਭੇਲੀ, ਸੂਟ ਅਤੇ 25 ਰੁਪਏ ਲਾਗ ਦੇ ਦਿੱਤੇ ਸੀ। ਖੁਸਰੇ ਇਤਫਾਕ ਨਾਲ ਚਮਕੀਲੇ ਦਾ ਇਹ ਗੀਤ ਟਕੂਏ ਅਤੇ ਟਕੂਆ ਖੜ ਕੇ ਗਾਉਣ ਲੱਗ ਪਏ ਸਨ। ਚਮਕੀਲਾ ਮੁੰਡੇ ਵਾਲੇ ਅੰਤਰੇ ਗਾਉਣ ਲੱਗ ਪਿਆ ਸੀ। ਚਮਕੀਲਾ ਗਾਉਂਦਾ ਹੋਇਆ ਲਾਚੜ ਕੇ ਖੁਸਰਿਆਂ ਨਾਲ ਇਰਤਾ ਕਰਨ ਲੱਗ ਪਿਆ ਸੀ। ਚਮਕੀਲੇ ਨੂੰ ਚਾਂਬਲਿਆ ਦੇ ਕੇ ਟਿੱਕੀ ਦੀ ਮਾਤਾ ਦੇ ਮੂੰਹੋਂ ਨਿਕਲ ਗਿਆ ਸੀ, ਫੁੱਟ ਦਾਦੇ ਮੰਗਾਉਣਾ ਕੀ ਕਰਤੂਤਾ ਕਰਦਾ ਹੈ। ਚਮਕੀਲਾ ਝੱਟ ਬੋਲ ਪਿਆ ਸੀ, ਬੀਬੀ ਮੈਂ ਇਹਦਾ ਵੀ ਗੀਤ ਬਣਾ ਦੇਣਾ। ਬਾਅਦ ਵਿੱਚ ਚਮਕੀਲੇ ਨੇ ਇਸ ਦਾ ਗੀਤ ਬਣਾਇਆ ਸੀ, ਵੇ ਤੂੰ ਦਾਦੇ ਮੰਗਾਉਣਿਆ ਇਹ ਕੀ ਕਰਤੂਤ ਖੰਡਾ ਦਿੱਤੀ। ਖੁਸਰਿਆਂ ਨੇ ਚਮਕੀਲੇ ਦਾ ਇੱਕ ਹੋਰ ਗੀਤ ਗਾਇਆ ਤਾਂ ਚਮਕੀਲਾ ਉਹ ਵੀ ਨਾਲ ਗਾਉਣ ਲੱਗ ਪਿਆ ਸੀ। ਖੁਸਰਿਆਂ ਨੂੰ ਸ਼ੱਕ ਪੈ ਗਈ ਸੀ, ਕਿਤੇ ਇਹ ਚਮਕੀਲਾ ਤਾਂ ਨਹੀਂ, ਹੋਰ ਤੁਹਾਨੂੰ ਕੌਣ ਦਿਸਦਾ, ਚਮਕੀਲਾ ਹੀ ਹੈ। ਟਿੱਕੀ ਦੀ ਮਾਤਾ ਨੇ ਉੱਤਰ ਦਿੱਤਾ ਸੀ, ਫੇਰ ਤਾਂ ਅਸੀਂ ਵਾਧੂ ਵਧਾਈ ਲਵਾਂਗੇ। ਖੁਸਰੇ ਅੜ ਕੇ ਬੈਠ ਗਏ ਸਨ। ਚਮਕੀਲੇ ਨੇ ਉਹਨਾਂ ਨੂੰ ਰੋਟੀ ਖਵਾ ਕੇ ਤੁਰਦੇ ਕਰਨ ਲਈ ਕਿਹਾ ਸੀ, ਤੁਰ ਜੋ ਨਹੀਂ ਤੁਹਾਡੇ ਤੇ ਕੋਈ ਗੀਤ ਬਣਾ ਦੂੰ। ਫੇਰ ਬੈਠੇ ਝੱਕ ਹੋ ਗਏ, ਖੁਸਰੇ ਡਰ ਕੇ ਚਲੇ ਗਏ ਸਨ। ਇੱਕ ਵਾਰੀ ਆਰਤੀ ਸਿਨੇਮੇ ਮੌਜੀ ਨਾਲ ਚਮਕੀਲਾ ਫਿਲਮ ਦੇਖਣ ਗਿਆ ਸੀ। ਉੱਥੇ ਇੱਕ ਕੁੜੀ ਦੀਆਂ ਬਿੱਲੀਆਂ ਅੱਖਾਂ ਦੇਖ ਕੇ ਚਮਕੀਲੇ ਨੇ ਕਿਹਾ ਸੀ, ਕਿੰਨੀ ਸੋਹਣੀ ਕੁੜੀ ਆ, ਗੋਲ ਮੋਲ ਜਿਹੀਆਂ ਗੱਲਾਂ ਤੇ ਬਿੱਲੀਆਂ ਅੱਖਾਂ। ਬਸ ਫਿਰ ਕੁਝ ਦਿਨਾਂ ਬਾਅਦ ਉਹ ਕੁੜੀ ਚਮਕੀਲੇ ਦੇ ਗੀਤ ਦੀ ਨਾਇਕਾ ਬਣ ਗਈ ਸੀ। ਉਸਨੇ ਗੀਤ ਲਿਖਿਆ ਸੀ, ਅੱਖਾਂ ਬਿੱਲੀਆਂ ਤੇ ਗੱਲਾਂ ਗੋਲ ਮੋਲ ਨੀ, ਤੇਰਾ ਅੰਗ ਅੰਗ ਕਰਦਾ ਕਲੋਲ ਨੀ, ਆਸ਼ਕ ਮਾਰੇਗੀ ਫਿਰਦੀਆਂ ਖੁੰਭ ਵਾਂਗੂ, ਨਿਖਰੀ ਨੀ ਕਹਿ ਗੁਜ਼ਾਰੇਗੀ। ਇੱਕ ਵਾਰ ਸੁਰਿੰਦਰ ਸ਼ਿੰਦਾ ਹਸਪਤਾਲ ਬਿਮਾਰ ਸੀ, ਚਮਕੀਲਾ ਉਸਦੀ ਖਬਰ ਲੈਣ ਗਿਆ ਤਾਂ ਚਮਕੀਲੇ ਨੇ ਸ਼ਿੰਦੇ ਦਾ ਮੂਡ ਬਦਲਣ ਲਈ ਕੋਈ ਹਾਸੇ ਵਾਲੀ ਗੱਲ ਸੁਣਾਈ ਤੇ ਮੁਸਕਰਾਉਣ ਲੱਗ ਪਿਆ ਸੀ। ਸ਼ਿੰਦੇ ਦੇ ਮੂੰਹੋਂ ਨਿਕਲ ਗਿਆ ਸੀ, ਆਪ ਗੱਲ ਕਰਕੇ ਨਹੀਂ ਹੱਸੀ ਦਾ। ਕੁਝ ਦਿਨਾਂ ਬਾਅਦ ਚਮਕੀਲੇ ਨੇ ਇਸੇ ਗੱਲ ਨੂੰ ਪਰੋ ਕੇ ਗੀਤ ਬਣਾ ਦਿੱਤਾ ਸੀ, ਗੱਲ ਘਰ ਦੀ ਬਾਹਰ ਨਾ ਕਰੀਏ ਬਈ, ਮੰਗਤੇ ਨੂੰ ਟੀਚਰ ਨਾ ਕਰੀਏ ਬਈ, ਤਕੜੇ ਦੀ ਧੌਣ ਨੂੰ ਨੱਪੀ ਦਾ, ਆਪੇ ਗੱਲ ਕਰਕੇ ਨਹੀਂ ਹੱਸੀ ਦਾ। ਇੱਕ ਵਾਰ ਕਿਸੇ ਪਿੰਡ ਵਿੱਚ ਅਖਾੜਾ ਲਾਉਣ ਗਏ ਤਾਂ ਅਖਾੜੇ ਵਾਲਿਆਂ ਦਾ ਘਰ ਨਾ ਲੱਭੇ, ਚਮਕੀਲੇ ਦੀ ਕਾਰ ਨੂੰ ਪਿੰਡ ਦੇ ਉੱਤੋਂ ਦੀ 2-3 ਗੇੜੇ ਲਾਉਣੇ ਪੈ ਗਏ ਸਨ। ਸਾਰਾ ਪਿੰਡ ਵਗਲਣ ਬਾਅਦ ਮਸਾ ਜਾ ਕੇ ਘਰ ਲੱਭਿਆ ਸੀ। ਇਸ ਨੂੰ ਆਧਾਰ ਬਣਾ ਕੇ ਚਮਕੀਲੇ ਨੇ ਗੀਤ ਲਿਖਿਆ ਸੀ, ਮੈਂ ਡਿੱਗ ਪੀ ਤੜੰਬ ਕਰਕੇ ਰਾਤ ਹਨੇਰੀ 'ਚ, ਦਿਸੇ ਨਾ ਕੋਈ ਤਾਰਾ, ਸਾਰਾ ਪਿੰਡ ਆ ਗਈ ਵੱਲ ਕੇ, ਪੱਟ ਫੁੱਲ ਗਏ ਮੁਲਾਜੇ ਦਾਰਾ। ਚਮਕੀਲਾ ਹਮੇਸ਼ਾ ਦੂਜੇ ਕਲਾਕਾਰਾਂ ਨਾਲ ਜਿੱਦ ਕੇ ਗੀਤ ਲਿਖਦਾ, ਕੰਪੋਜ਼ ਕਰਦਾ ਤੇ ਗਾਉਂਦਾ ਸੀ। ਕਰਤਾਰ ਰਮਲਾ ਆਪਣੇ ਗੀਤ ਰਿਕਾਰਡ ਕਰਵਾ ਕੇ ਆਇਆ ਸੀ, ਭਖੜੇ ਦੇ ਕੰਡੇ ਵਾਂਗੂ ਖੁੱਭਿਆ ਪਿਆ ਵੇ ਮੇਰੇ ਦਿਲ ਵਿੱਚ ਤੂੰ। ਚਰਨਜੀਤ ਅਹੂਜੇ ਨੇ ਰਿਕਾਰਡਿੰਗ ਕਰਵਾਉਣ ਗਏ ਚਮਕੀਲੇ ਨੂੰ ਰਮਲੇ ਦਾ ਗੀਤ ਸੁਣਾ ਦਿੱਤਾ ਸੀ ਤੇ ਚਮਕੀਲਾ ਰਿਕਾਰਡਿੰਗ ਬਿਨਾਂ ਕਰਵਾਇਆ ਇਹ ਆਪ ਕੇ ਪਰਤ ਆਇਆ ਸੀ, ਮੈਨੂੰ 15 ਕੁ ਦਿਨ ਦਾ ਟਾਈਮ ਹੋਰ ਦਿਓ। ਚਮਕੀਲਾ ਆਪਣੇ ਗੀਤਾਂ ਨਾਲ ਸਮਝੌਤਾ ਨਹੀਂ ਸੀ ਕਰਦਾ, ਜੋ ਉਸਨੂੰ ਠੀਕ ਲੱਗਦਾ ਸੀ ਉਹ ਹੀ ਕਰਦਾ ਸੀ। ਲੋਕ ਉਸਦੇ ਗੀਤਾਂ ਨੂੰ ਪਸੰਦ ਕਰਦੇ ਸਨ, ਚਮਕੀਲੇ ਦੇ ਗੀਤਾਂ ਨੂੰ ਲੋਕ ਇੰਨਾ ਪਿਆਰ ਤੇ ਸ਼ਰਧਾ ਨਾਲ ਸੁਣਦੇ ਸਨ ਕਿ ਕਦੇ
ਕਿਸੇ ਨੇ ਚਮਕੀਲੇ ਦੇ ਗੀਤਾਂ ਵਿਚਲੀਆਂ ਤਕਨੀਕੀ ਗਲਤੀਆਂ ਨਾਲ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਪ੍ਰੋਗਰਾਮਾਂ ਵਿੱਚ ਰੁੱਝਿਆ ਰਹਿਣ ਕਰਕੇ ਚਮਕੀਲੇ ਦਾ ਦਿਮਾਗ ਵਿਹਲਾ ਨਹੀਂ ਸੀ ਹੁੰਦਾ ਤੇ ਨਾ ਹੀ ਉਸਨੂੰ ਸਰੀਰਕ ਤੌਰ ਤੇ ਮੁਕੰਮਲ ਆਰਾਮ ਮਿਲਦਾ ਸੀ। ਚਮਕੀਲਾ ਅਨੇਕਾਂ ਪ੍ਰਕਾਰ ਦੇ ਦਬਾਵਾਂ ਦੇ ਬਾਵਜੂਦ ਵੀ ਹਿੱਟ ਗੀਤ ਲਿਖੀ ਜਾਂਦਾ ਸੀ, ਲੇਕਿਨ ਜਾਣੇ ਅਣਜਾਣੇ ਉਸ ਤੋਂ ਗੀਤਾਂ ਵਿੱਚ ਗਲਤੀਆਂ ਵੀ ਹੋ ਜਾਂਦੀਆਂ ਸਨ। ਗੀਤ ਲਿਖਦਾ ਲਿਖਦਾ ਚਮਕੀਲਾ ਗੀਤ ਦੀ ਸਿਚੁਏਸ਼ਨ ਭੁੱਲ ਜਾਇਆ ਕਰਦਾ ਸੀ। ਉਹ ਕਿੰਨੇ ਪ੍ਰੈਸ਼ਰ ਅਧੀਨ ਗੀਤ ਲਿਖਦਾ ਸੀ ਇਹ ਗੱਲ ਉਸਦੇ ਕੁਝ ਗੀਤਾਂ ਵਿੱਚੋਂ ਹੀ ਝਲਕਦੀ ਹੈ। ਚਮਕੀਲੇ ਦਾ ਇੱਕ ਗੀਤ ਸੀ ਅਮਲੀ ਤਿੰਨ ਡੰਗ ਦਾ ਭੁੱਖਾ ਨੀ ਰਾਤੀ ਤੋੜ ਲਿਆਇਆ, ਰਾਤੀ ਤੋੜ ਲਿਆਇਆ ਸੁੱਖਾ, ਮਰ ਜਾਣਾ ਖਾ ਗਿਆ ਰੁੱਖਾ, ਝੁਲਦੀ ਫਿਰੇ ਹਨੇਰੀ ਨੀ, ਨੱਚਦਾ ਫਿਰੇ ਨਚਾਰਾ ਵਾਂਗੂ, ਪਾ ਕੇ ਘਗਰੀ ਮੇਰੀ ਨੀ। ਫਿਰ ਇਸੇ ਗੀਤ ਦਾ ਅਗਲਾ ਅੰਤਰਾ ਮੁੰਡੇ ਦਾ ਆਉਂਦਾ ਹੈ। ਜਦ ਕੋਈ ਚੱਲ ਨਾ ਸਕਿਆ ਚਾਰਾ, ਨੀ ਸੁੱਕਾ ਪੀ ਕੇ ਲਿਆ ਨਜ਼ਾਰਾ, ਨੀ ਸੁੱਕਾ ਪੀ ਕੇ ਲਿਆ ਨਜ਼ਾਰਾ, ਸਿਰ ਬੜਾ ਸੀ ਭਾਰਾ ਭਾਰਾ, ਮਿਲਦੇ ਅਫੀਮ ਨਾ ਡੋਡੇ ਨੀ, ਜੇ ਲੈਣਾ ਸਵਰਗ ਦਾ ਝੂਟਾ ਚੜ ਅਮਲੀ ਦੇ ਮੋਢੇ ਨੀ। ਹੁਣ ਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਪਹਿਲੇ ਅੰਤਰੇ ਵਿੱਚ ਅਮਲੀ ਪਾਤਰ ਨੂੰ ਰੁੱਖਾ ਸੁੱਕਾ ਖਵਾਇਆ ਗਿਆ ਹੈ ਅਤੇ ਅਗਲੇ ਵਿੱਚ ਉਹ ਸੁੱਕਾ ਪੀਂਦਾ ਵਰਣਿਤ ਕੀਤਾ ਗਿਆ ਹੈ। ਇਸੇ ਹੀ ਪ੍ਰਕਾਰ ਇੱਕ ਹੋਰ ਗੀਤ ਦੇ ਬੋਲ ਹਨ, ਤੇਰੀ ਸੁੱਕੀ ਪਈ ਸੀ ਸੰਘੀ, ਮੈਥੋਂ ਪਾਣੀ ਦੀ ਘੁੱਟ ਮੰਗੀ, ਮੈਂ ਦੁੱਧ ਵਿੱਚ ਮਿਸ਼ਰੀ ਖੋਰੀ ਵੇ, ਤੈਨੂੰ ਪਾਣੀ ਦਾ ਘੁੱਟ ਦੇਗੀ ਮੈਂ ਵੀਰਾਂ ਤੋਂ ਚੋਰੀ ਵੇ। ਇਸ ਗੀਤ ਵਿੱਚ ਨਾਇਕ ਨਾਇਕਾ ਤੋਂ ਪਾਣੀ ਦੀ ਘੁੱਟ ਮੰਗਦਾ ਹੈ ਤੇ ਉਹ ਪਾਣੀ ਦੀ ਘੁੱਟ ਦਿੰਦੀ ਹੈ, ਪਰ ਨਾਇਕਾ ਨੇ ਜਿਹੜੀ ਦੁੱਧ ਵਿੱਚ ਮਿਸ਼ਰੀ ਖੋਰੀ ਸੀ ਉਸਦਾ ਕੀ ਕੀਤਾ ਗਿਆ ਇਹ ਦੱਸਣਾ ਚਮਕੀਲਾ ਭੁੱਲ ਜਾਂਦਾ ਹੈ। ਜਦ ਦੁੱਧ ਤਿਆਰ ਕੀਤਾ ਸੀ ਫਿਰ ਪਾਣੀ ਦੀ ਬਜਾਏ ਦੁੱਧ ਦੇਣਾ ਚਾਹੀਦਾ ਸੀ। ਦੋਸਤੋ, ਇਹ ਕਿਤਾਬ ਸ਼ਹੀਦ ਬਲਰਾਜ ਸਿੰਘ ਸਿੱਧੂ ਦੀ 52 ਨੰਬਰ ਪੇਜ ਦੇ ਉੱਤੇ ਚਮਕੀਲੇ ਦੇ ਗੀਤ ਬਾਰੇ ਜਾਣਕਾਰੀ ਦਿੱਤੀ ਸੀ, ਉਹ ਮੈਂ ਪੜ੍ਹ ਕੇ ਸੁਣਾਈ ਹੈ। ਇਸੇ ਤਰ੍ਹਾਂ ਤੁਹਾਨੂੰ ਹੋਰ ਅਪਡੇਟਸ ਟਾਈਮ ਟੂ ਟਾਈਮ ਦਿੰਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ, ਸਾਡਾ ਪੰਜਾਬੀ ਵਿਰਸਾ ਚੈਨਲ।